ਇਸ ਪ੍ਰੋਪੈਲਰ ਨੂੰ ਬਣਾਉਣ ਲਈ ਦੋ ਪਲਾਸਟਿਕ ਦੇ ਚਮਚ, ਇੱਕ ਸਟਰਾਅ, ਇੱਕ ਟੁੱਥਪਿਕ ਅਤੇ ਇੱਕ ਰਬੜ ਦੇ ਟੁਕੜੇ ਦੀ ਜ਼ਰੂਰਤ ਹੈ। ਇੱਕ ਤਿੱਖੀ ਕੈਂਚੀ ਨਾਲ ਰਬੜ ਵਿੱਚ ਦੋ ਮੋਰੀਆਂ ਕਰੋ। ਇੱਕ ਟੁੱਥਪਿਕ ਨੂੰ ਦਿਖਾਏ ਅਨੁਸਾਰ 90 ਡਿਗਰੀ 'ਤੇ ਰਬੜ ਵਿੱਚ ਪਾ ਦਿਓ। ਫਿਰ 2 ਚਮਚ ਰਬੜ ਦੇ 2 ਕੋਨਿਆਂ 'ਤੇ ਵਿੱਚ ਅੜਾ ਦਿਓ। ਚਮਚਿਆਂ ਨੂੰ ਵਿਰੋਧੀ ਦਿਸ਼ਾਵਾਂ ਵਿੱਚ ਟਿਲਟ ਕਰੋ ਤਾਂ ਜੋ ਉਹ ਪੱਖੇ ਦੇ ਪਲੇਟ ਬਣ ਸਕਣ। ਟੁੱਥਪਿਕ ਨੂੰ ਇੱਕ ਪਲਾਸਟਿਕ ਦੀ ਸਟਰਾਅ ਵਿੱਚ ਪਾ ਦਿਓ। ਸਟਰਾਅ ਨੂੰ ਆਪਣੇ ਹੱਥ ਵਿੱਚ ਪਕੜੋ। ਅਤੇ ਇਸ ਨੂੰ ਇੱਕ ਛੱਤ ਦੇ ਪੱਖੇ ਦੇ ਥੱਲੇ ਲਿਆਓ। ਇਹ ਚਮਚੇ ਦਾ ਪ੍ਰੋਪੈਲਰ ਹਵਾ ਖਿੱਚੇਗਾ ਅਤੇ ਘੁੰਮਣ ਲੱਗ ਜਾਵੇਗਾ। ਇਹ ਬਹੁਤ ਘੱਟ ਕੀਮਤ ਵਾਲਾ, ਬਹੁਤ ਹੀ ਮਜ਼ੇਦਾਰ ਅਤੇ ਘੁੰਮਦਾ ਹੋਇਆ ਖਿਡੌਣਾ ਹੈ।